ਤਾਂ ਪ੍ਰਕਾਸ਼ ਸਿੰਘ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣੇ ਕਿਉਂਕਿ ਉਹਨਾਂ ਦਾ ਕਲੀਅਰ ਮੈਸੇਜ ਸੀ ਤੇ ਇੱਕ ਅਸੂਲ ਤੇ ਲੜੇ ਇੱਕ ਪੰਜਾਬ ਵਿੱਚ ਅਮਨ ਸ਼ਾਂਤੀ ਇੱਕ ਭਾਈਚਾਰਕ ਸਾਂਝ ਜਦੋਂ ਜਦੋਂ ਵੀ ਪੰਜਾਬ 'ਚ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਈ ਸਾਡਾ ਮੇਨ ਏਜੰਡਾ ਹੁੰਦਾ ਸੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਸਾਰੇ ਵਰਗਾਂ ਨੂੰ ਇਕੱਠੇ ਲੈ ਕੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਰਕਾਰਾਂ ਚਲਾਈਆਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਦੋਂ ਕਿਸੇ ਵੀ ਧਰਮ ਦੀ ਕੋਈ ਵੀ ਸ਼ੁਭ ਦਿਹਾੜਾ ਹੁੰਦਾ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਆਪ ਉੱਥੇ ਜਾਂਦੇ ਕਿਉਂਕਿ ਪੰਜਾਬੀ ਬਾ ਨੇਚਰ ਆਪਾਂ ਅਮਨ ਸ਼ਾਂਤੀ ਚਾਹੁੰਦੇ ਹਾਂ ਭਾਈਚਾਰਕ ਸਾਂਝ ਚਾਹੁੰਦੇ ਹਾਂ ਤਾਂ ਹੀ ਉਹ ਪੰਜਾਬ ਤਰੱਕੀ ਹੋ ਸਕਦੀ ਹੈ ਕਿਸਾਨੀ ਪੰਜਾਬ ਦੀ ਜਾਨ ਹੈ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਜੇ ਹਿੰਦ ਤਾਮਿਲਨਾਡੂ ਦਾ ਐਮ ਪੀ ਬੈਠੇ ਹੈ ਨਾਗਾਲੈਂਡ ਤੋਂ ਐਮ ਪੀ ਬੈਠੇ ਹੈ ਕੇਰਲਾ ਤੋਂ ਐਮ ਪੀ ਬੈਠੇ ਹੈ ਮਹਾਰਾਸ਼ਟਰਾ ਤੋਂ ਐਮ ਪੀ ਬੈਠੇ ਹੈ ਜਿਹੜੀ ਆਪਣੇ ਘਰ ਜਾ ਕੇ ਰੋਟੀ ਖਾਂਦੇ ਹੈ ਚੌਲ ਖਾਂਦੇ ਹੈ ਉਹ ਸਾਰੇ ਪੰਜਾਬ ਦੇ ਗਰੀਬ ਕਿਸਾਨ ਆਪਣੀ ਮਿਹਨਤ ਕਰਕੇ ਪੈਦਾ ਕਰਕੇ ਉਹਨਾਂ ਨੂੰ ਉਗਾਉਂਦੇ ਹੈ ਪਿਛਲੇ ਦਿਨਾਂ ਸੈਂਟਰ ਦੀ ਸਰਕਾਰ ਨੇ 3 ਖੇਤੀ ਆਰਡੀਨੈਂਸ ਲਿਆਂਦੇ ਜਿਨ੍ਹਾਂ ਦਾ ਸਿੱਧਾ ਅਸਰ ਤਕਰੀਬਨ 20 ਮੈਂ ਪੰਜਾਬ ਦੀ ਗੱਲ ਕਰਦਾ ਦੇਸ਼ ਦੇ ਸਾਰੇ ਵੱਡੇ ਸਾਰਿਆਂ ਦੇ ਹੋਣਾ ਮੈਂ ਪੰਜਾਬ ਦਾ ਮੈਂ ਦੱਸਣਾ ਚਾਹੁੰਦਾ ਤਕਰੀਬਨ ਸਿੱਧਾ ਅਸਰ 20 ਲੱਖ ਕਿਸਾਨਾਂ 'ਤੇ ਘੱਟ ਤੋਂ ਘੱਟ 30 ਤੋਂ 50 ਹਜ਼ਾਰ ਆੜ੍ਹਤੀ ਭਾਈਚਾਰੇ 'ਤੇ ਹੈ ਸਿੱਧਾ ਅਸਰ ਤਕਰੀਬਨ 15-20 ਲੱਖ ਖੇਤ ਮਜ਼ਦੂਰਾਂ 'ਤੇ ਹੈ ਅਤੇ ਜਿਹੜੇ ਮੰਡੀ ਦੇ ਜਿਹੜੇ ਗਰੀਬ ਕੰਮ ਕਰਦੇ ਹੈ ਲੇਬਰ ਕਰਦੇ ਉਹਨਾਂ 'ਤੇ ਹੈ ਇਕੱਲਿਆਂ ਨਹੀਂ ਜਿਹੜੀਆਂ ਆਮ ਵਪਾਰੀ ਹੈ ਸ਼ਹਿਰ 'ਚ ਜੇ ਕਿਸਾਨ ਮਿਹਨਤ ਕਰਦਾ ਜੇ ਕਿਸਾਨ ਦੀ ਚੰਗੀ ਫਸਲ ਆਉਂਦੀ ਹੈ ਸ਼ਹਿਰਾਂ 'ਚ ਖੁਸ਼ਹਾਲੀ ਆਉਂਦੀ ਹੈ ਕਿਉਂਕਿ ਸ਼ਹਿਰਾਂ ਵਿੱਚ ਉਵੇਂ ਵਪਾਰ ਵੱਧਦਾ ਆਪਣੀ ਜਿਹੜੀ ਖੇਤੀ ਆਪਣੀ ਇਕਨੋਮਿਕਸ ਹੈ ਪੰਜਾਬ ਦੀ ਖੇਤੀ 'ਤੇ ਨਿਰਭਰ ਆਪਣੀ ਬੇਸ ਜਾਨ ਖੇਤੀ ਹੈ ਪਰ ਜਿਹੜੇ ਆਰਡੀਨੈਂਸ ਲਿਆਂਦੇ ਗਏ ਹੈ ਉਸ ਖੇਤੀ 'ਤੇ ਹਮਲਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਮੈਂ ਜਿਵੇਂ ਜ਼ਿਕਰ ਕੀਤਾ ਸਾਡੇ ਮਿਨਿਸਟਰ ਨੇ ਕੈਬਨਿਟ ਜਦੋਂ ਸੈਂਟਰੀ ਸਰਕਾਰ ਲੈ ਕੇ ਆਈ ਸੀ ਉੱਥੇ ਟਾਈਮ ਵੀ ਵਿਰੋਧ ਕੀਤਾ ਅਤੇ ਮੈਂ ਪਾਰਲੀਮੈਂਟ 'ਚ ਵੀ ਸਪਸ਼ਟ ਕੀਤਾ ਕਿ ਜਿਹੜੀ ਆ ਸਰਕਾਰ ਸੈਂਟਰ ਦੀ ਸਰਕਾਰ ਜਦੋਂ ਐਕਟ ਲਿਆਉਣ ਤੋਂ ਪਹਿਲੇ ਮੈਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਸਰਕਾਰ ਦਾ ਹਿੱਸਾ ਪਰ ਸਾਨੂੰ ਨਹੀਂ ਪੁੱਛਿਆ ਗਿਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਜਾਬ ਪੂਰੇ ਦੇਸ਼ ਦੀ ਖੇਤੀ ਦਾ ਸੈਂਟਰ ਹੈ ਦਿਲ ਹੈ ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛਣਾ ਚਾਹੀਦਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਖੇਤੀ ਬਾਰੇ ਸਾਰਾ ਕੁਝ ਜਾਣਦੇ ਆ ਕੀ ਕਮੀਆਂ ਕੀ ਖੁਸ਼ੀਆਂ ਕੀ ਹੋ ਸਕਦਾ ਇਹ ਜੀ ਪਾਰਟੀ ਜਿਹਨੇ ਸਾਰਾ ਜੀਵਨ ਹੀ ਖੇਤਾਂ ਕਿਸਾਨਾਂ ਵਿੱਚ ਲਾਇਆ ਉਸ ਪਾਰਟੀ ਵੀ ਨੂੰ ਪੁੱਛਿਆ ਗਿਆ ਪਿਛਲੇ 2 ਮਹੀਨੇ ਤੋਂ ਸਾਡੀ ਕੋਸ਼ਿਸ਼ ਸੀ ਕਿ ਸੈਂਟਰ ਦੀ ਸਰਕਾਰ ਜੋ ਭਾਵਨਾ ਪੰਜਾਬ ਦੇ ਕਿਸਾਨ ਦੀਆਂ ਉਹ ਪੰਜਾਬ ਦੇ ਕਿਸਾਨ ਦੀਆਂ ਭਾਵਨਾ ਉਹ ਭਾਵਨਾ ਵਿੱਚ ਬਿੱਲ ਦੇ ਵਿੱਚ ਲਿਆਉਣ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੇ ਧੱਕੇ ਨਾਲ ਪਾਰਲੀਮੈਂਟ 'ਚ ਲਿਆਂਦਾ ਧੱਕੇ ਨਾਲ ਪਾਸ ਕਰਾ ਦਿੱਤਾ ਰਾਜ ਸਭਾ 'ਚ ਜੋ ਹੋਇਆ ਤੁਸੀਂ ਤੁਹਾਨੂੰ ਜਾਣਦੇ ਹੋ ਅਸੀਂ ਉਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਭਾਵੇਂ ਸਰਕਾਰ ਦਾ ਹਿੱਸਾ ਸੀ ਸਾਡੀ ਮੈਂਬਰ ਪਾਰਲੀਮੈਂਟ ਮਿਨਿਸਟਰ ਹਰਸਿਮਰਤ ਕੌਰ ਬਾਦਲ ਨੇ ਉਸੇ ਟਾਈਮ ਅਸਤੀਫਾ ਦਿੱਤਾ ਅਤੇ ਅਸੀਂ ਉਹ ਸਰਕਾਰ ਤੋਂ ਬਾਹਰ ਆਏ ਉਸੇ ਟਾਈਮ ਮੈਂ ਕਿਹਾ ਸੀ ਕਿ ਨੈਕਸਟ ਫੈਸਲਾ ਅਸੀਂ ਆਪਣੇ ਵਰਕਰਾਂ ਕੋਲ ਜਾ ਕੇ ਵਰਕਰਾਂ ਨੂੰ ਪੁੱਛ ਕੇ ਕਿਸਾਨ ਆਪਣੇ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫਿਰ ਅਸੀਂ ਅਗਲਾ ਫੈਸਲਾ ਸਾਡੀ ਕੋਰ ਕਮੇਟੀ ਕਰੂਗੀ ਅਤੇ ਪਿਛਲੇ ਕਈ ਦਿਨਾਂ 'ਚੋਂ ਮੈਂ ਲਗਾਤਾਰ ਪੰਜਾਬ ਦੇ ਵਿੱਚ ਆਪਣੇ ਵਰਕਰ ਸਾਹਿਬਾਨ ਨਾਲ ਮੀਟਿੰਗ ਕੀਤੀ ਸਾਡੀ ਲੀਡਰਸ਼ਿਪ ਨਾਲ ਗੱਲ ਕੀਤੀ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬੈਠ ਕੇ ਫੈਸਲਾ ਕੀਤਾ ਕਿ ਜਿਹੜੀ ਸਰਕਾਰ ਸੈਂਟਰ ਦੀ ਸਰਕਾਰ ਜਿਹੜੀ NDA ਦੀ ਸਰਕਾਰ ਜਿਸ ਨੇ
आ जिहड़े तिने ऑर्डिनेंस लियांदे है जिहड़े अपने पंजाब विरोधी है, सही बने ते देश दे किसानां दे विरोधी है, असी उस पार्टी दे उस एनडीए दा हिस्सा नहीं हो सकते। दूजी गल जिहड़ी वड्डी गल, असी पार्लीमेंट च भी मैं कही ते बेनती कीती कि जम्मू कश्मीर नाल दा सूबा है जिथे जम्मू कश्मीर पंजाबी लोग बोलते हैं, तो मेरी तायद पार्लीमेंट में फरूक अब्दुल्ला जी जो उतों के चीफ मिनिस्टर है उन्होंने बड़ी क्लीयरली कहा कि मैं भी पंजाबी बोलता तो पंजाबी मानता होनी चाहिए है। देखो सेंटर की सरकार ने अंग्रेजी मानता दे दी जी अपनी देश की भाषा नहीं, पर पंजाबी जो बोलते सी लोग जो भावना सी जम्मू कश्मीर के लोगों की पंजाबी साड़ी स्टेट सबजैक्ट होए जिहड़ी जो स्टेट दोनों जम्मू कश्मीर एक स्टेट सी सूबा सी उदों पंजाबी ऑफिशियल लैंग्वेज सी, पर सेंटर की सरकार ने वह भी गल ना मनी। तो इस करके साड़ी सारा कुछ देखते हुए जो फैसले लिते गए है श्रोमणी अकाली दल की सारी पार्टी की लीडरशिप ने यूनैनमसली फैसला किया है कि श्रोमणी अकाली दल ना एनडीए का हिस्सा रह सकता है, तो सरकार तो अस्तीफा देता। सारा का बहुत बहुत धन्यवाद।